ਐਸਟੀ ਐਕਟ ਜੋ ਪਿਛਲੇ ਦਿਨੀ ਸੋਧ ਕੀਤੀ ਗਈ ਸੀ ਜਿਸ ਵਿੱਚ ਐਸਸੀ ਐਸਟੀ ਮਾਮਲਿਆਂ ਦੀ ਡੀਐਸਪੀ ਪੱਧਰ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਅਤੇ ਆਰੋਪੀ ਨੂੰ ਤੁਰੰਤ ਮੌਕੇ ਤੇ ਜ਼ਮਾਨਤ ਮਿਲਣ ਦੇ ਕਾਨੂੰਨੀ ਹੁਕਮਾਂ ਦੇ ਵਿਰੋਧ ਵਜੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਅਤੋਵਾਲ ਵਿਖੇ ਟਾਈਗਰ ਫੋਰਸ ਪੰਜਾਬ ਦੇ ਚੇਅਰਮੈਨ ਤਰਸੇਮ ਦੀਵਾਨਾ ਤੇ ਗੁਰਮੁਖ ਸਿੰਘ ਖੋਸਲਾ ਪੰਜਾਬ ਡੈਮੋਕ੍ਰੈਟਿਕ ਪਾਰਟੀ ਜਾਂ ਸਮਾਜ ਪਾਰਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਕਾਨੂੰਨੀ ਫੇਰ ਬਦਲ ਨੂੰ ਤੁਰੰਤ ਬਦਲ ਦਿਆ ਜਾਵੇ ਕਿਉਂਕਿ ਇਸ ਫੈਸਲੇ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ। ਉਹਨੇ ਕਿਹਾ ਕਿ ਇਸ ਦਲਿਤ ਭਾਈਚਾਰੇ ਵੱਲੋਂ ਇਸ ਕਾਨੂੰਨ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਹ ਜਿਹੜਾ ਸੁਪਰੀਮ ਕੋਰਟ ਨੇ ਐਸਸੀ ਐਸਟੀ ਬਾਰੇ ਗੱਲ ਕੀਤੀ ਆ ਕਿ ਪਹਿਲਾਂ ਇਹਦੀ ਜਾਂਚ ਕਰੂਗਾ ਡੀਐਸਪੀ, ਉਸ ਤੋਂ ਉਪਰੰਤ ਮਤਲਬ ਕਹਿੰਦਾ ਵੀ ਇਹਦੀ ਕੋਈ ਰੈਸਟ ਨਹੀਂ ਪਾਈ ਜਾਊਗੀ। ਅਸੀਂ ਇਹਦਾ ਵਿਰੋਧ ਕਰਦੇ ਹਾਂ। ਪਹਿਲੇ ਵੀ ਡੀਐਸਪੀ ਮਤਲਬ ਕਹਿੰਦਾ ਜਾਂਚ ਕਰਕੇ ਹੀ ਪਰਚਾ ਐਸਸੀ ਐਸਟੀ ਦਾ ਕੱਟਿਆ ਜਾਂਦਾ ਸੀ, ਪਰ ਸ਼ਰਤਾਂ ਉਹੀ ਆ, ਸਿਰਫ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਉਹਦਾ ਰੈਸਟ ਨਹੀਂ ਪਾਈ ਜਾਊਗੀ। ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦੀ ਤੁਰੰਤ ਰੈਸਟ ਪਾਈ ਜਾਵੇ ਔਰ ਜਿੱਦਾਂ ਪਹਿਲੇ ਤੋਂ ਮਤਲਬ ਕਹਿੰਦਾ ਐਸਸੀ ਐਸਟੀ ਦਾ ਪਰਚਾ ਦਰਜ ਹੁੰਦਾ ਸੀ ਉਹਦੇ ਤੋਂ ਵੀ ਇਹਨੂੰ ਸਖਤ ਕੀਤਾ ਜਾਵੇ। ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਅਜਨੋਹਾ ਦੀ ਰਿਪੋਰਟ, ਚੈਨਲ 2।